ਸਰ ਕੀ ਮਾਮਲਾ ਹੈ ਇਹ ਜਿਹੜੇ ਬੰਦੇ ਫੜੇ ਆ? ਅਸੀਂ ਮਾਣਯੋਗ ਕਮਿਸ਼ਨਰ ਸਾਹਿਬ ਸਰਦਾਰ ਸੁਖਚੈਨ ਸਿੰਘ ਗਿੱਲ, ਸਾਡੇ ADCP ਸਾਹਿਬ ਹਰਜੀਤ ਸਿੰਘ, ਸਾਡੇ ACP ਸਾਹਿਬ ਸ਼੍ਰੀ ਪ੍ਰਵੇਸ਼ ਚੋਪੜਾ ਜੀ ਦੇ ਜਿਹਦਾ ਦਿਸ਼ਾ ਨਿਰਦੇਸ਼ਾਂ 'ਤੇ ਅਸੀਂ ਇੱਕ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਹਦੇ ਵਿੱਚ ਧਰਮਵੀਰ ਸਿੰਘ ਸੰਨੀ ਵਾਸੀ ਕ੍ਰਿਸ਼ਨਾ ਨਗਰ ਤਰਨ ਤਾਰਨ ਅਤੇ ਸੈਕਿੰਡ ਉਸਦਾ ਜਸਪ੍ਰੀਤ ਸਿੰਘ ਵਾਸੀ ਫਤਿਹ ਸਿੰਘ ਕਲੋਨੀ। ਇਹ ਦੋਵੇਂ ਮਿਲ ਕੇ ਜਾਅਲੀ ਲਾਇਸੈਂਸ ਅਤੇ RC ਬਣਾ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਸਨ ਅਤੇ ਪੰਜਾਬ ਸਰਕਾਰ ਦਾ ਇਹਦੇ ਵਿੱਚ ਕਾਫੀ ਨੁਕਸਾਨ ਹੁੰਦਾ ਸੀ। ਇਹ ਆਪਣੇ ਲੈਵਲ 'ਤੇ ਜਾਅਲੀ RC ਬਣਾ ਕੇ ਕੰਪਿਊਟਰ ਸਕੈਨਰ ਇਹਨਾਂ ਨੇ ਰੱਖਿਆ ਹੋਇਆ ਸੀ, ਜੋ ਇਹ ਬਣਾ ਬਣਾ ਕੇ ਲੋਕਾਂ ਨੂੰ ਦੇਈ ਜਾ ਰਹੇ ਸੀ ਜਾਅਲੀ ਤੌਰ 'ਤੇ। ਜੋ ਅਸੀਂ ਫਿਰ ਇਹਨਾਂ ਨੂੰ ਸਾਨੂੰ ਖਬਰ ਮਿਲੀ ਤਾਂ ਅਸੀਂ ਇਹਨਾਂ ਨੂੰ ਫਿਰ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੇ ਕਬਜ਼ੇ 'ਚੋਂ 170 ਦੇ ਕਰੀਬ ਜਾਅਲੀ ਜਿਹੜੇ ਆਪਣਾ ਚਿੱਪਾਂ ਅਤੇ ਹੋਰ ਜਿਹੜੇ ਲਾਇਸੈਂਸ ਅਤੇ RCs ਵਗੈਰਾ ਬਰਾਮਦ ਹੋਈਆਂ, ਜਿਹਦੇ ਵਿੱਚ ਫਿਰ ਅਸੀਂ ਇਹਨਾਂ ਨੂੰ ਮੁਕੱਦਮਾ ਨੰਬਰ 5 ਅੰਡਰ ਸੈਕਸ਼ਨ 420/67/68 IPC ਦੇ ਤਹਿਤ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅੱਗੇ ਮਾਣਯੋਗ ਅਦਾਲਤ ਪਾਸੋਂ ਇਹਨਾਂ ਦਾ ਰਿਮਾਂਡ ਲਿਆ ਆ। ਜੋ ਫਰਦਰ ਇਨਵੈਸਟੀਗੇਸ਼ਨ ਸਾਡੀ ਚਾਲੂ ਆ ਅਤੇ ਜੋ ਵੀ ਅਗਲੀ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਉਹ ਅੱਗੇ ਦੱਸੇ। ਸਰ, RC ਅਤੇ ਲਾਇਸੈਂਸ ਕਿੰਨੇ ਤੋਂ ਕਿੰਨੇ ਨੇ ਵਧਾ ਕੇ ਦਿੰਦੇ ਸੀ ਜਿਹੜਾ? ਇਹ ਸਾਨੂੰ ਮੁੱਢਲੀ ਪੁੱਛਗਿੱਛ ਤੋਂ 1500 ਤੋਂ ਲੈ ਕੇ 2000 ਦੇ ਵਿੱਚ ਇਹ ਲਾਇਸੈਂਸ ਵਗੈਰਾ ਬਿਨਾਂ ਕਿਸੇ ਫੋਟੋ ਖਿੱਚੀ ਜਾਅਲੀ ਆਪਣੇ ਪ੍ਰਿੰਟਰ ਰਾਹੀਂ ਉਹਨੂੰ ਤਿਆਰ ਕਰ ਦਿੰਦੇ ਸਨ ਅਤੇ ਉਸ ਤੋਂ ਬਾਅਦ ਫਿਰ ਉਹ ਲੋਕਾਂ ਨੂੰ ਬਣਾ ਕੇ ਦੇ ਦਿੰਦੇ ਸਨ। ਇਹਨਾਂ ਦੇ ਕਬਜ਼ੇ 'ਚੋਂ ਕੀ ਮਿਲਿਆ? ਇਹਨਾਂ ਦੇ ਇੱਕ ਕੰਪਿਊਟਰ ਸਕਰੀਨ, ਮੋਨੀਟਰ, ਪ੍ਰਿੰਟਰ ਅਤੇ ਹੋਰ ਜਿਹੜਾ ਕੋਈ ਸਕੈਨਰ ਵਗੈਰਾ ਉਹ ਸਾਨੂੰ ਮਿਲਿਆ ਹੈ, ਜੋ ਅਸੀਂ ਕਬਜ਼ਾ ਪੁਲਿਸ ਵਿੱਚ ਲੈ ਲਿਆ ਹੈ। ਸਰ, ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਕਿੰਨੇ ਕੁ ਜਾਣਿਆਂ ਨੂੰ ਅਜੇ ਤੱਕ ਬਣਾ ਦਿੱਤੇ ਦੇ ਚੁੱਕੇ ਨੇ? ਇਹਨਾਂ ਨੇ ਮੁੱਢਲੀ ਤੌਰ 'ਤੇ ਤਾਂ ਕਿਹਾ ਵੀ ਅਸੀਂ ਕੋਈ 100 ਕੁ ਬੰਦੇ ਨੂੰ ਕਰੀਬ ਬਣਾ ਕੇ ਦਿੱਤਾ ਹੈ, ਜੋ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਅਤੇ ਜੋ ਵੀ ਕੋਈ ਆਇਆ ਅੱਗੇ ਤੋਂ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਈਵਨ ਕਿ ਜੇ ਕੋਈ ਸਰਕਾਰੀ ਮੁਲਾਜ਼ਮ, ਕੋਈ DTO ਦਫ਼ਤਰ ਦਾ ਵੀ ਕੋਈ ਯੋਗਤਾ ਵੀ ਰੋਲ ਸਾਹਮਣੇ ਆਇਆ ਤਾਂ ਅਸੀਂ ਕਾਰਵਾਈ ਕਰਾਂਗੇ।